ਫੋਕਲ ਪੁਆਇੰਟ ਵਿਖੇ ਅੰਮ੍ਰਿਤਸਰ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ 7ਵਾਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਅਸਿਸਟੈਂਟ ਸਿਵਲ ਸਰਜਨ ਡਾਕਟਰ ਅਮਰਜੀਤ ਸਿੰਘ ਜਿਹੜੇ ਤੌਰ ਤੇ ਮੌਜੂਦ ਸਨ। ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲੈ ਕੇ ਕੋਰੋਨਾ ਵੈਕਸੀਨ ਲਗਵਾਈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਤੋਂ ਬਚਾਅ ਲਈ ਲੋਕ ਕੋਵਿਡ ਵੈਕਸੀਨ ਜ਼ਰੂਰ ਲਗਵਾਉਣ। ਇਸ ਮੌਕੇ ਦਰਸ਼ਨ ਸਿੰਘ, ਕਮਲ ਡਾਲਮੀਆ, ਰਜਿੰਦਰ ਸਿੰਘ ਮਰਵਾਹਾ, ਅਵਿਨਾਸ਼ ਸ਼ਰਮਾ, ਹਰਬੀਰ ਸਿੰਘ ਸੰਧੂ, ਰਾਜੀਵ ਕਪੂਰ ਵੀ ਮੌਜੂਦ ਸਨ। ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਫੋਰ ਪ੍ਰੋਟੈਕਸ਼ਨ ਅਗੇਂਸਟ ਕੋਵਿਡ, ਠੀਕ ਹੈ। ਅਤੇ ਭਾਵੇਂ ਇਹਨਾਂ ਨੂੰ ਫਸਟ ਡੋਜ਼ ਲੱਗ ਰਹੀ ਹੈ, ਪਰ ਹਾਲੇ ਵੀ ਮਤਲਬ ਕਿ ਪੂਰੀ 100% ਪ੍ਰੋਟੈਕਸ਼ਨ ਨਹੀਂ ਹੈ, ਜਦ ਤੱਕ ਸੈਕਿੰਡ ਡੋਜ਼ ਵੀ ਨਾ ਲੱਗ ਸਕੇ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਹਾਲੇ ਵੀ ਜਦ ਤੱਕ ਸੈਕਿੰਡ ਡੋਜ਼ ਵੀ ਨਹੀਂ ਲੱਗਦੀ, ਮਾਸਕ ਯੂਜ਼ ਕਰਨ, ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ, ਅਤੇ ਜਿਹੜਾ ਕੋਵਿਡ ਨੋਰ ਆ ਉਹਨੂੰ ਹਾਲੇ ਵੀ ਫੋਲੋ ਕਰਨ। ਉਹ ਅੱਜ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਵੱਲੋਂ ਸਾਰੇ ਆਪਣੇ ਫੋਕਲ ਪੁਆਇੰਟ ਦੇ ਵਿੱਚ ਜਿਹੜਾ ਇਹ ਕੈਂਪ ਲਾਇਆ ਗਿਆ 7ਵਾਂ ਕੈਂਪ ਹੈ, ਉਹ 'ਚ ਵੱਧ ਤੋਂ ਵੱਧ ਜਿਹੜੀ ਸਾਡੀ ਲੇਬਰ ਹੈ, ਵੱਧ ਤੋਂ ਵੱਧ ਜਿਹੜੇ ਓਨਰ ਨੇ ਜਾਂ ਜਿਹੜੇ ਔਰਗੇਨਾਈਜ਼ ਨੇ, ਸਾਰਿਆਂ ਨੂੰ ਜਿਹੜੀ ਹੈ ਉਹ ਵੈਕਸੀਨੇਸ਼ਨ ਜਿਹੜੀ ਹੋ ਰਹੀ ਹੈ, ਔਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸਿਵਲ ਸਰਜਨ ਸਾਹਿਬ ਅੰਮ੍ਰਿਤਸਰ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਜਿੰਨੀ ਵਾਰੀ ਜਦੋਂ ਵੀ ਉਹਨਾਂ ਨੂੰ ਕਿਹਾ ਉਹਨਾਂ ਨੇ ਉਸ ਵੇਲੇ ਕੈਂਪ ਜਿਹੜਾ ਅਰੇਂਜ ਕੀਤਾ।